ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਬੀਏ ਸੈਮੈਸਟਰ 1 ਦੇ ਲਈ ਪੋਲਿਟੀਕਲ ਸਾਇੰਸ ਪੋਲਿਟੀਕਲ ਸਾਇੰਸ ਦੇ ਜਿਹੜੇ ਕਿ ਟੌਪਿਕ ਲੈ ਕੇ ਆਇਆ ਤੇ ਤੁਹਾਡੇ ਜਿਹੜੇ ਕਿ ਬਹੁਤ ਸਾਰੇ ਟੌਪਿਕ ਅਪਲੋਡ ਹੋ ਚੁੱਕੇ ਆ ਤੇ ਬੀਏ ਸੈਮੈਸਟਰ 1 ਪੋਲਿਟੀਕਲ ਸਾਇੰਸ ਐਂਡ ਹਿਸਟਰੀ ਦੋਨਾਂ ਦੀ ਇੱਕੋ ਪਲੇਲਿਸਟ ਆ ਉਹਦੇ ਵਿੱਚ ਤੁਹਾਨੂੰ ਸਾਰੇ ਟੌਪਿਕਸ ਮਿਲ ਜਾਣਗੇ ਤੁਸੀਂ ਹਿਸਟਰੀ ਦੇ ਵੀ ਵਾਚ ਕਰ ਸਕਦੇ ਹੋ ਤੇ ਪੋਲਿਟੀਕਲ ਸਾਇੰਸ ਦੇ ਵੀ ਹਾਂਜੀ ਇਸ ਦੇ ਵਿੱਚ ਹੁਣ ਆਪਾਂ ਕਰਾਂਗੇ ਰਾਜ ਦੇ ਕਾਰਜ ਨੇ ਸਮਾਜਵਾਦੀ ਸਿਧਾਂਤ ਦੇ ਅਨੁਸਾਰ ਠੀਕ ਹੈ ਰਾਜ ਦੇ ਕਾਰਜਾਂ ਸੰਬੰਧੀ ਸਮਾਜਵਾਦੀ ਸਿਧਾਂਤ ਦਾ ਕੀ ਵੇਰਵਾ ਸਮਾਜਵਾਦੀ ਸਿਧਾਂਤ ਦੇ ਅਨੁਸਾਰ ਰਾਜ ਦੇ ਕੀ ਕਾਰਜ ਨੇ ਕੀ ਕੰਮ ਨੇ ਇਹ ਆਪਾਂ ਕੁਐਸਚਨ ਕਰਨਾ ਜਾਂ ਸਮਾਜਵਾਦੀ ਸਮਾਜਵਾਦੀ ਰਾਜ ਦੇ ਕਾਰਜਾਂ ਦਾ ਵਰਣਨ ਕਰੋ ਠੀਕ ਹੈ ਡਿਸਕਸ ਦਾ ਫੰਕਸ਼ਨ ਆਫ ਸੋਸ਼ਲਿਸਟ ਸਟੇਟ ਹਾਂਜੀ ਮਾਰਕਸਵਾਦੀ ਵਿਚਾਰਧਾਰਾ ਦਾ ਜਨਮ 19ਵੀਂ ਸਦੀ ਦੇ ਵਿੱਚ ਹੋਇਆ ਠੀਕ ਹੈ ਮਾਰਕਸਵਾਦੀ ਵਿਚਾਰਧਾਰਾ ਦਾ ਜਨਮ 19ਵੀਂ ਸਦੀ ਦੇ ਵਿੱਚ ਹੋਇਆ ਸੀ ਤੇ ਇਸ ਦਾ ਜਨਮ 19ਵੀਂ ਸਦੀ ਦੇ ਵਿੱਚ ਜਿਹੜੇ ਵਿਅਕਤੀਵਾਦ ਤੇ ਪੂੰਜੀਵਾਦ ਸੀ ਉਹਨਾਂ ਦੇ ਪ੍ਰतिकारਮ ਦੇ ਰੂਪ ਦੇ ਵਿੱਚ ਹੋਇਆ ਭਾਵ ਕਿ ਵਿਅਕਤੀਵਾਦ ਤੇ ਪੂੰਜੀਵਾਦ ਜਿਹੜਾ ਪ੍ਰਚਲਿਤ ਸੀ ਉਹਦੇ ਪ੍ਰतिकारਮ ਦੇ ਰੂਪ ਦੇ ਵਿੱਚ ਹੋਇਆ ਉਸ ਦੇ ਜਿਹੜੇ ਕਿ ਆਪਾਂ ਕਹਿ ਸਕਦੇ ਹਾਂ ਕਿ ਵਿਰੋਧ ਦੇ ਰੂਪ ਦੇ ਵਿੱਚ ਜਿਹੜੇ ਕਿ ਮਾਰਕਸਵਾਦੀ ਧਾਰਨਾ ਦਾ ਜਨਮ ਹੁੰਦਾ ਤੇ ਇਸ ਵਿਚਾਰਧਾਰਾ ਨੂੰ ਵਿਗਿਆਨਿਕ ਢੰਗ ਦੇ ਨਾਲ ਪੇਸ਼ ਕਰਨ ਦਾ ਸਹਿਰਾ ਜਿਹੜੇ ਕਿ Karl Marx ਨੂੰ ਜਾਂਦਾ ਭਾਵ ਕਿ Karl Marx ਨੇ ਜਿਹੜੇ ਕਿ ਸਮਾਜਵਾਦੀ ਧਾਰਨਾ ਨੂੰ ਜਿਹੜੇ ਕਿ ਪੇਸ਼ ਕੀਤਾ ਠੀਕ ਹੈ Karl Marx ਜਿਹੜਾ ਕਿ ਜਰਮਨ ਦਾ ਦਾਰਸ਼ਨਿਕ ਸੀ ਤੇ ਇਸ ਲਈ ਇਸ ਸਿਧਾਂਤ ਨੂੰ Karl Marx ਦੇ ਨਾਂ ਤੇ Marxਵਾਦ ਵੀ ਕਿਹਾ ਜਾਂਦਾ ਸਮਾਜਵਾਦ ਨੂੰ ਕੀ ਕਿਹਾ ਜਾਂਦਾ Marxਵਾਦ ਵੀ ਕਿਹਾ ਜਾਂਦਾ ਤੇ Karl Marx ਨੇ ਆਪਣੇ ਜਿਹੜੇ ਕਿ ਵਿਚਾਰਾਂ ਨੂੰ ਆਪਣੇ ਮਿੱਤਰ Frederick Engels ਦੇ ਨਾਲ ਮਿਲ ਕੇ ਕਈ ਪੁਸਤਕਾਂ ਤੇ ਲੇਖਾਂ ਦੇ ਵਿੱਚ ਪੇਸ਼ ਕੀਤਾ ਤੇ ਉਹਨਾਂ ਦੇ ਵਿਚਾਰਾਂ ਦੇ ਸਮੂਹਿਕ ਰੂਪ ਨੂੰ ਅਪਕੀ ਕਹਿੰਦੇ Marxਵਾਦ ਹਾਂਜੀ Marxਵਾਦ ਕੀ ਹੈ Karl Marx ਤੇ ਉਸ ਦੇ ਫਰੈਂਡ Frederick Engels ਦੇ ਜਿਹੜੇ ਕਿ ਵਿਚਾਰਾਂ ਨੂੰ ਸਮੂਹਿਕ ਰੂਪ ਦੇ ਵਿੱਚ ਕੀ ਕਿਹਾ ਜਾਂਦਾ Marxਵਾਦ ਕਿਹਾ ਜਾਂਦਾ ਤੇ Marxਵਾਦ Marx ਕਾਰਲ ਮਾਰਕਸ ਦੇ ਵਿਚਾਰ ਕਮਿਊਨਿਸਟ ਮੈਨੀਫੈਸਟੋ 10 ਕੈਪੀਟਲ ਇਹਨਾਂ ਪੁਸਤਕਾਂ ਦੇ ਵਿੱਚ ਮਿਲਦੇ ਨੇ ਤੇ ਇਹਨਾਂ ਰਚਨਾਵਾਂ ਤੇ ਦੂਜੇ ਮਾਰਕਸਵਾਦੀ ਸਾਹਿਤ ਵਿੱਚ ਰਾਜ ਦੇ ਕੰਮਾਂ ਸੰਬੰਧੀ ਜਿਹੜੇ ਕੀ ਵਿਚਾਰਾਂ ਦਾ ਵਿਰਵਾ ਦਿੱਤਾ ਗਿਆ ਤੇ ਜਿਵੇਂ ਆਪਾਂ ਨੇ ਉਧਾਰਵਾਦ ਦੇ ਕੰਮ ਕੀਤੇ ਸੀ ਉਧਾਰਵਾਦ ਉਧਾਰਵਾਦੀਆਂ ਦੇ ਅਨੁਸਾਰ ਰਾਜ ਦੇ ਕਾਰਜ ਕੀਤੇ ਸੀ ਉਧਾਰਵਾਦੀਆਂ ਅਨੁਸਾਰ ਤੁਹ ਕਾਰਜ ਕਿਤੇ ਸੀ ਆਪਾਂ ਰਾਜ ਦੇ ਠੀਕ ਹੈ ਕਾਰਜ ਜਾਂ ਕੰਮ ਰਾਜ ਦੇ ਉਹਨਾਂ ਨੂੰ ਦੋ ਹਿੱਸਿਆਂ ਚ ਵੰਡਿਆ ਸੀ ਆਪਾਂ ਨੇ ਪ੍ਰਾਤਨ ਉਧਾਰਵਾਦੀ ਦੇ ਅਨੁਸਾਰ ਰਾਜ ਦੇ ਕਾਰਜ ਤੇ ਸਮਕਾਲੀ ਜਾਂ ਸਕਾਰਾਤਮਕ ਧਾਰਵਾਦੀ ਦੇ ਅਨੁਸਾਰ ਰਾਜ ਦੇ ਕਾਰਜ ਠੀਕ ਹੈ ਹੁਣ ਇੱਥੇ ਵੀ ਜਿਹੜੇ ਕਿ ਰਾਜ ਦੇ ਕਮਾ ਸਬੰਧੀ ਮਾਰਕਸਵਾਦੀ ਸਿਧਾਂਤ ਜਿਹੜੇ ਕਿ ਦੋ ਪੁਆਇੰਟ ਆਉਣਗੇ ਕਿ ਤਾਂ ਪੂੰਜੀਵਾਦੀ ਸਮਾਜ ਦੇ ਵਿੱਚ ਰਾਜ ਦੇ ਕੀ ਕਾਰਜ ਨੇ ਫਿਰ ਉਹਨਾਂ ਦੇ ਪੁਆਇੰਟ ਮਤਲਬ ਕਿ ਮੇਨ ਪੁਆਇੰਟ ਹੈ ਫਿਰ ਉਹਨਾਂ ਦੇ ਸਬ ਪੁਆਇੰਟ ਐਵੇਂ ਜਿਹੜਾ ਕਿ ਪ੍ਰਾਤਨ ਉਧਾਰਵਾਦੀਆਂ ਦੇ ਵੀ ਹੈਡਿੰਗ ਕਰਕੇ ਫਿਰ ਉਹਨਾਂ ਦੇ ਅੱਗੇ ਮੇਨ ਪੁਆ ਸੇਮ ਉਸੇ ਤਰੀਕੇ ਨਾਲ ਇਹ ਪੂੰਜੀਵਾਦੀ ਸਮਾਜ ਦੇ ਵਿੱਚ ਰਾਜ ਦੇ ਕੀ ਕੰਮ ਨੇ ਤੇ ਸਮਾਜਵਾਦ ਦੇ ਵਿੱਚ ਰਾਜ ਦੇ ਕੀ ਕੰਮ ਨੇ ਮਾਰਕਸਵਾਦ ਦਾ ਹਾਂਜੀ ਰਾਜ ਦੇ ਕੰਮਾਂ ਸੰਬੰਧੀ ਮਾਰਕਸਵਾਦ ਦਾ ਸਿਧਾਂਤ ਮੇਨ ਹੈਡਿੰਗ ਹੋ ਗਿਆ ਮਾਰਕਸਵਾਦ ਦਾ ਜਨਮ ਜਿਹੜਾ ਕਿ ਉਧਾਰਵਾਦ ਦੇ ਪ੍ਰਤੀਕਰਮ ਦੇ ਵਜੋਂ ਹੁੰਦਾ ਉਧਾਰਵਾਦ ਦੇ ਵਿਰੋਧ ਦੇ ਵਿੱਚ ਹੁੰਦਾ ਤੇ ਇਸ ਦੇ ਲਈ ਮਾਰਕਸਵਾਦ ਦੇ ਕੰਮਾਂ ਨੂੰ ਉਧਾਰਵਾਦ ਦੁਆਰਾ ਜਿਹੜੇ ਕਿ ਦਰਸਾਏ ਗਏ ਕਾਰਜ ਦੇ ਕੰਮਾਂ ਦੇ ਉਲਟ ਦੱਸਿਆ ਜਾਂਦਾ ਭਾਵ ਕਿ ਮਾਰਕਸਵਾਦ ਦੇ ਜਿਹੜੇ ਕਾਰਜ ਨੇ ਉਹ ਜਿਹੜੇ ਉਧਾਰਵਾਦ ਦੇ ਜਿਹੜੇ ਕਾਰਜ ਦੱਸੇ ਗਏ ਨੇ ਉਹਨਾਂ ਦੇ ਉਲਟ ਨੇ ਤੇ ਮਾਰਕਸਵਾਦ ਅਨੁਸਾਰ ਰਾਜ ਦੇ ਕੰਮ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਪੂੰਜੀਵਾਦੀ ਸਮਾਜ ਦੇ ਵਿੱਚ ਰਾਜ ਦੇ ਕੰਮ ਤੇ ਸਮਾਜਵਾਦੀ ਠੀਕ ਹੈ ਪੂੰਜੀਵਾਦੀ ਉਹ ਹੁੰਦਾ ਜਿਹੜਾ ਕਿ ਸਮਾਜ ਤੇ ਸ਼ੋਸ਼ਣ ਕਰਦਾ ਭਾਵ ਕਿ ਸਾਰੇ ਜਿਨ੍ਹਾਂ ਪੂੰਜੀਪਤੀ ਇਹਨਾਂ ਜਿਹੜੇ ਕਿ ਜਿਹੜਾ ਇੱਕ ਸ਼ਾਸਕ ਵਰਗ ਹੁੰਦਾ ਉਹ ਹੋਗੇ ਪੂੰਜੀਪਤੀ ਤੇ ਜਿਹੜਾ ਸ਼ੋਸ਼ਿਤ ਵਰਗ ਹੋ ਗਿਆ ਉਹ ਹੋਗੇ ਮਜ਼ਦੂਰ ਠੀਕ ਹੈ ਹੁਣ ਆਪਾਂ ਇਹਨਾਂ ਦਾ ਕਾਰਜ ਕਰਦੇ ਹਾਂ ਹਾਂਜੀ ਪੂੰਜੀਵਾਦੀ ਸਮਾਜ ਦੇ ਵਿੱਚ ਰਾਜ ਦੇ ਕੀ ਕੰਮ ਹੋ ਕੀ ਕੰਮ ਨੇ ਠੀਕ ਹੈ ਪੂੰਜੀਵਾਦੀ ਕਸਰਾਜ ਆ ਉਹਦੇ ਵਿੱਚ ਰਾਜ ਦੇ ਕੀ ਕੰਮ ਨੇ ਮਾਰਕਸਵਾਦੀ ਦੇ ਅਨੁਸਾਰ ਦੇਖੀਏ ਪੂੰਜੀਵਾਦੀ ਸਮਾਜ ਦੇ ਵਿੱਚ ਰਾਜ ਕਿਹੜੇ-ਕਿਹੜੇ ਕਾਰਜ ਕਰਦਾ ਫਸਟ ਕੀ ਆ ਪੂੰਜੀਪਤੀ ਵਰਗ ਦੇ ਹਿੱਤਾਂ ਦੀ ਰੱਖਿਆ ਪੂੰਜੀਵਾਦੀ ਸਮਾਜ ਦੇ ਵਿੱਚ ਪੂੰਜੀਪਤੀਆਂ ਨੇ ਕਾਰਜ ਪੂੰਜੀਪਤੀਆਂ ਦੀ ਰਾਜ ਤੇ ਪੂਰਨ ਪ੍ਰਮੁਖਤਾ ਹੁੰਦੀ ਹੈ ਤੇ ਇਸ ਲਈ ਰਾਜ ਦਾ ਜਿਹੜਾ ਕਿ ਕਰਤੱਬ ਇਹ ਹੁੰਦਾ ਕਿ ਉਹ ਪੂੰਜੀਪਤੀਆਂ ਦੇ ਹਿੱਤਾਂ ਦੀ ਰੱਖਿਆ ਕਰੇ ਪਾਵ ਕੀ ਮਾਰਕਸਵਾਦੀ ਦੇ ਅਨੁਸਾਰ ਪੂੰਜੀਪਤੀ ਸਮਾਜ ਦੇ ਵਿੱਚ ਰਾਜ ਕੀ ਕਰਦਾ ਹੈ ਪੂੰਜੀਪਤੀਆਂ ਦੇ ਵਰਗਾਂ ਦੇ ਹਿੱਤਾਂ ਦੀ ਰੱਖਿਆ ਕਰਦਾ ਮਤਲਬ ਕਿ ਉਹਦਾ ਕਾਰਜ ਹੀ ਇਹ ਹੀ ਹੁੰਦਾ ਕਿ ਕਿਸੇ ਵੀ ਤਰੀਕੇ ਨਾਲ ਪੂੰਜੀਪਤੀ ਨੇ ਜਿਹੜੇ ਉਹਨਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਜਾਵੇ ਕਿਉਂਕਿ ਰਾਜ ਤੇ ਪੂਰਨ ਤੌਰ ਤੇ ਕਿਨਾਂ ਦਾ ਪ੍ਰਮੁਖਤਾ ਹੁੰਦੀ ਹੈ ਪੂੰਜੀਪਤੀਆਂ ਦੀ ਤੇ ਪੂੰਜੀਪਤੀ ਉਤਪਾਦਨ ਸਥਿਰ ਤੇ ਕਾਇਮ ਰੱਖਣ ਲਈ ਰਾਜ ਦੇ ਪੂੰਜੀਪਤੀਆਂ ਦੇ ਏ ਤਨ ਨਿੱਜੀ ਸੰਪਤੀ ਦੇ ਰੱਖਿਆ ਦੇ ਸਾਧਨ ਰੂਪ ਚ ਕੰਮ ਕਰਦੇ ਨੇ ਭਾਵ ਕਿ ਜਿਹੜੇ ਪੂੰਜੀਪਤੀ ਦੇ ਉਤਪਾਦਨ ਦੇ ਸਾਧਨ ਵਗੈਰਾ ਨੇ ਉਹ ਵੀ ਸਾਰੇ ਪੂੰਜੀਪਤੀਆਂ ਦੇ ਰੱਖਿਆ ਦੇ ਇੱਕ ਸਾਧਨ ਦੇ ਤੌਰ ਤੇ ਕਾਰਜ ਕਰਦੇ ਨੇ ਪੂੰਜੀਪਤੀਆਂ ਨੂੰ ਵੱਧੂ ਮੁੱਲ ਦੀ ਪ੍ਰਾਪਤੀ ਲਈ ਰਾਜ ਉਹਨਾਂ ਦੀ ਮਦਦ ਕਰਦਾ ਹੈ ਤੇ ਇਸ ਉਦੇਸ਼ ਦੇ ਲਈ ਰਾਜ ਪੁਲਿਸ ਸੈਨਾ ਅਦਾਲਤਾਂ ਦੀ ਸਥਾਪਨਾ ਵੀ ਕਰਦਾ ਹੈ ਭਾਵ ਕਿ ਮਾਰਕਸਵਾਦ ਅਨੁਸਾਰ ਕਿ ਰਾਜ ਜਿਹੜਾ ਕਿ ਪੂੰਜੀਪਤੀ ਸਮਾਜ ਦੇ ਵਿੱਚ ਸਿਰਫ ਪੂੰਜੀਪਤੀਆਂ ਦੇ ਹਿੱਤਾਂ ਦੇ ਹੀ ਰੱਖਿਆ ਕਰਦਾ ਉਹਨਾਂ ਦੇ ਹਿੱਤਾਂ ਲਈ ਹੀ ਜਿਹੜਾ ਕਿ ਵੱਧੂ ਮੁੱਲ ਦਾ ਸਿਧਾਂਤ ਵੀ ਉਹਨਾਂ ਦੇ ਪੱਖ ਦੇ ਵਿੱਚ ਹੀ ਕਰਦਾ ਤੇ ਜਿਹੜੇ ਪੁਲਿਸ ਸੈਨਾ ਅਦਾਲਤਾਂ ਉਹ ਵੀ ਉਹਨਾਂ ਦੇ ਸਥਾਪਨ ਉਹਨਾਂ ਦੀ ਉਹਨਾਂ ਦੇ ਉਦੇਸ਼ਾਂ ਦੀ ਪੂਰਤੀ ਲਈ ਹੀ ਕਰਦਾ ਹੈ ਪੂੰਜੀਪਤੀਨ ਹਿੱਤਾਂ ਦੀ ਰੱਖਿਆ ਹੀ ਰਾਜ ਦੇ ਵਿੱਚ ਜਿਹੜੇ ਕਿ ਰਾਜ ਸਮਾਜ ਦੇ ਵਿੱਚ ਸ਼ਾਂਤੀ ਤੇ ਕਾਇਮ ਰੱਖਦਾ ਭਾਵੇਂ ਕਿ ਪੂੰਜੀਪਤੀਨ ਹਿੱਤਾਂ ਦੀ ਰੱਖਿਆ ਲਈ ਹੀ ਜੇ ਆਪਾਂ ਕਹੀਏ ਵੀ ਰਾਜ ਹੈ ਜਿਹੜੇ ਕਿ ਸਮਾਜ ਦੇ ਵਿੱਚ ਸ਼ਾਂਤੀ ਕਾਇਮ ਰੱਖਦਾ ਤਾਂ ਮਾਰਕਸਵਾਦੀ ਕੀ ਕਹਿੰਦੇ ਨੇ ਕਹਿੰਦੇ ਵੀ ਜਿਹੜਾ ਸਮਾਜ ਦੇ ਵਿੱਚ ਸ਼ਾਂਤੀ ਵੀ ਕਾਇਮ ਰੱਖੀ ਜਾਂਦੀ ਹੈ ਵਿਵਸਥਾ ਕਾਇਮ ਜੱਕ ਰੱਖੀ ਜਾਂਦੀ ਹੈ ਉਹ ਵੀ ਪੂੰਜੀਪਤੀਨ ਹਿੱਤਾਂ ਨੂੰ ਹੀ ਰੱਖਦਾ ਮੁੱਖ ਰੱਖ ਕੇ ਕੀਤੀ ਜਾਂਦੀ ਹੈ ਠੀਕ ਹੈ ਮਤਲਬ ਕਿ ਹਰ ਪੱਖ ਤੋਂ ਪੂੰਜੀਪਤੀਆਂ ਦਾ ਪੱਖ ਪੂਰਿਆ ਜਾਂਦਾ ਅੱਗੇ ਹੈ ਕਿਰਤੀ ਵਰਗ ਦਾ ਦਮਨ ਹਾਂਜੀ ਜਿਹੜਾ ਕਿਰਤੀ ਵਰਗ ਹੁੰਦਾ ਹੈ ਜਿਹੜਾ ਕੰਮ ਕਰਨ ਵਾਲੇ ਹੁੰਦੇ ਨੇ ਕੰਮ ਇਹ ਰਾਜ ਕਿਰਤੀ ਵਰਗ ਨੂੰ ਆਪਣੀ ਮਿਹਨਤ ਨੂੰ ਪੂੰਜੀਪਤੀਆਂ ਕੋਲ ਵੇਚਣ ਲਈ ਮਜਬੂਰ ਕਰਦਾ Karl Marxਵਾਦੀ ਧਾਰਨਾ ਦੇ ਅਨੁਸਾਰ ਜਿਹੜਾ ਰਾਜ ਆ ਪੂੰਜੀਪਤੀ ਸਮਾਜ ਦੇ ਵਿੱਚ ਰਾਜ ਕੀ ਕੰਮ ਕਰਦਾ ਹੈ ਵੀ ਜਿਹੜਾ ਕਿਰਤੀ ਵਰਗ ਹੁੰਦਾ ਹੈ ਕਿਰਤੀ ਵਰਗ ਨੂੰ ਮਜਬੂਰ ਕਰਦਾ ਕਿ ਆਪਣੀ ਜਿਹੜੀ ਕਿ ਮਿਹਨਤ ਜਿਹੜੀ ਕਿ ਪੂੰਜੀਪਤੀਆਂ ਦੇ ਕੋਲ ਵੇਚਣ ਠੀਕ ਹੈ ਭਾਵ ਕਿ ਪੂੰਜੀਪਤੀ ਅਕੋਰਡਿੰਗ ਆਪਣਾ ਕੰਮ ਕਰਨਾ ਤੇ ਮਾਰਕਸ ਅਨਸਾਰ ਜਿਵੇਂ ਜਿਵੇਂ ਪੂੰਜੀ ਪੂੰਜੀਵਾਦੀ ਸਮਾਜ ਦੇ ਵਿੱਚ ਵਿਕਾਸ ਕਰਦੇ ਨੇ ਤਵੇਂ-ਤਵੇਂ ਹੀ ਜਿਹੜੇ ਕਿ ਰਾਜ ਦਮਨਕਾਰੀ ਤੇ ਅਤਿਆਚਾਰੀ ਰੂਪ ਧਾਰਨ ਕਰਦਾ ਤੇ ਕਿਰਤੀ ਵਰਗ ਦਾ ਜਿਹੜੇ ਕਿ ਸ਼ੋਸ਼ਣ ਹੁੰਦਾ ਤੇ ਉਦਯੋਗਿਕ ਵਿਕਾਸ ਦੇ ਨਾਲ ਰਾਜ ਸਮਾਜ ਦਾ ਬਹੁ ਗਿਣਤੀ ਕਿਰਤੀ ਵਰਗ ਦਾ ਜਿਹੜੇ ਕਿ ਸ਼ੋਸ਼ਣ ਦਾ ਸਾਧਨ ਬਣ ਜਾਂਦਾ ਹੈ ਤੇ ਰਾਜਪੂੰਜੀਪਤੀਆਂ ਦੇ ਵਿਰੁੱਧ ਕੀਰਤੀਆਂ ਦੇ ਅੰਦੋਲਨ ਨੂੰ ਸ਼ਕਤੀ ਨਾਲ ਕੁਚਲਣ ਦਾ ਭਾਵ ਕਿ ਜੇ ਪੂੰਜੀਪਤੀ ਸਮਾਜ ਦੇ ਵਿੱਚ ਕਿਰਤੀ ਕੋਈ ਜਿਹੜੇ ਕਿ ਅੰਦੋਲਨ ਕਰਦੇ ਨੇ ਤਾਂ ਜਿਹੜਾ ਕਿ ਰਾਜ ਆ ਉਹਨੂੰ ਸ਼ਕਤੀ ਨਾਲ ਦਬਾ ਦਾਂਦਾ ਠੀਕ ਹੈ ਸ਼ਕਤੀ ਨਾਲ ਉਹ ਸਨੂੰ ਕੁਚਲ ਦਿੰਦਾ ਤੇ ਅੰਦੋਲਨ ਤੇ ਰੋਕ ਲਾਉਣ ਲਈ ਵੀ ਰਾਜ ਕਠੋਰ ਤੋਂ ਕਠੋਰ ਕਾਨੂੰਨ ਦੀ ਸਿਰਜਣਾ ਕਰਦਾ ਤਾਂ ਕਿ ਜਿਹੜੇ ਕਿ ਪੂੰਜੀਪਤੀਆਂ ਤੇ ਕੋਈ ਦਬਾਅ ਬਣਾ ਸਕੇ ਮਤਲਬ ਕਿ ਹਰ ਪੱਖ ਤੋਂ ਪੂੰਜੀਪਤੀਆਂ ਨੂੰ ਪਹਿਲ ਦਿੱਤੀ ਜਾਂਦੀ ਹੈ ਕਿਰਤੀ ਵਰਗਨ ਦਾ ਜਿਹੜੇ ਕਿ ਉਹਨੂੰ ਇਗਨੋਰ ਕੀਤਾ ਜਾਂਦਾ ਹੈ ਅੱਗੇ ਹੈ ਥਰਡ ਪੁਆਇੰਟ ਥਰਡ ਪੁਆਇੰਟ ਦੇ ਵਿੱਚ ਕੀ ਹੈ ਕਿ ਪੂੰਜੀ ਪੂੰਜੀਵਾਦੀ ਬੁਸਥਾ ਨੂੰ ਉਚਿਤ ਦਰਸਾਉਣਾ ਹਾਂਜੀ Karl Marx ਦੇ ਅਨਸਾਰ ਪੂੰਜੀਵਾਦੀ ਸਮਾਜ ਦੇ ਵਿੱਚ ਜਿਹੜਾ ਕਿ ਰਾਜ ਆ ਪੂੰਜੀਵਾਦੀ ਬੁਸਥਾ ਨੂੰ ਉਚਿਤ ਦਰਸਾਉਣ ਲਈ ਹੀ ਜਿਹੜਾ ਕਿ ਕਾਰਜ ਕਰਦਾ ਰਾਜ ਦੁਆਰਾ ਜਿਹੜੇ ਸਾਰੇ ਲੋਕਾਂ ਲਈ ਕਲਿਆਣਕਾਰੀ ਕੰਮ ਕੀਤੇ ਜਾਂਦੇ ਨੇ ਉਹ ਵੀ ਪੂੰਜੀਵਾਦੀ ਬੁਸਥਾ ਨੂੰ ਹੀ ਸਹੀ ਢੰਗ ਨਾਲ ਦਰਸਾਉਣ ਲਈ ਕੀਤੇ ਜਾਂਦੇ ਨੇ ਰਾਜ ਦੁਆਰਾ ਨਾਗਰਿਕਾਂ ਦੀ ਸਿੱਖਿਆ, ਇਲਾਜ, ਨਿਵਾਸ ਸਥਾਨ, ਵਾਤਾਵਰਣ ਦੀ ਉਚਿਤ ਵਿਵਸਥਾ ਦੇ ਯਤਨ ਇਹ ਸਾਰੇ ਵੀ ਉਹ ਕਹਿੰਦੇ ਨੇ Karl Marx ਕਹਿੰਦਾ ਵੀ ਇਹ ਸਾਰੇ ਕਾਰਜ ਵੀ ਪੂੰਜੀਪਤੀਆਂ ਦੇ ਹਿੱਤਾਂ ਲਈ ਹੁੰਦੇ ਨੇ ਤੇ ਰਾਜ ਗਰੀਬ ਗਰੀਬੀ ਤੇ ਬੇਰੁਜ਼ਗਾਰੀ ਦੂਰ ਕਰਨ ਲਈ ਯੋਜਨਾਵਾਂ ਬਣਾਉਂਦਾ ਲਾਗੂ ਕਰਦਾ ਤੇ ਉਹ ਮਜ਼ਦੂਰਾਂ ਲਈ ਕੰਮ ਦੇ ਘੰਟੇ ਫਿਕਸ ਕਰਦਾ ਘੱਟ ਤੋਂ ਘੱਟ ਵੇਤਨ ਨਿਸ਼ਚਿਤ ਕਰਦਾ ਵੀ ਮਜ਼ਦੂਰਾਂ ਦਾ ਤਾਂ ਘੱਟ ਤੋਂ ਘੱਟ ਵੇਤਨ ਵੇਤਨ ਨਿਸ਼ਚਿਤ ਹੁੰਦਾ ਬਟ ਉਹਨਾਂ ਦੇ ਕੰਮ ਦੇ ਘਟੇ ਨਿਸ਼ਚਿਤ ਕਰ ਦਿੰਦੇ ਨੇ ਪੂੰਜੀਪਤੀਆਂ ਨੂੰ ਜਿਹੜੇ ਕਿ ਉਚਿਤ ਠਹਿਰਾਉਂਦੇ ਲਈ ਭਾਵੇਂ ਰਾਜ ਦੇ ਸਾਰੇ ਕੰਮ ਕੀਤੇ ਜਾਂਦੇ ਨੇ ਬਟ ਇਹ ਕੰਮ ਰਾਜ ਦਾ ਬਟ ਇਹਨਾਂ ਕੰਮਾਂ ਨੂੰ ਕਰਨ ਦਾ ਰਾਜ ਦਾ ਇੱਕੋ ਇੱਕ ਉਦੇਸ਼ ਹੁੰਦਾ ਪੂੰਜੀਪਤੀ ਵਿਵਸਥਾ ਨੂੰ ਉਚਿਤ ਤਰ੍ਹਾਂ ਠਹਿਰਾਉਣਾ ਠੀਕ ਹੈ ਉਹਨਾਂ ਨੂੰ ਨਸ਼ਟ ਹੋਣ ਤੋਂ ਬਚਾਉਣਾ ਅੱਗੇ ਹੈ ਫੋਰਥ ਕੀ ਆ ਆਰਥਿਕ ਜੀਵਨ ਦੇ ਵਿੱਚ ਦਖਲ ਹਾਂਜੀ ਪੂੰਜੀਵਾਦੀ ਰਾਜ ਦੇ ਵਿੱਚ ਉਤਪਾਦਨ ਦੀ ਪੂਰਨ ਸੁਤੰਤਰਤਾ ਹੁੰਦੀ ਆ ਬਟ ਫਿਰ ਵੀ ਰਾਜ ਪੂੰਜੀਪਤੀ ਦੇ ਹਿੱਤਾਂ ਦੇ ਲਈ ਜਿਹੜੇ ਕਿ ਸਮਾਜ ਦੇ ਉਤਪਾਦਨ ਖੇਤਰ ਦੇ ਵਿੱਚ ਦਖਲ ਅੰਦਾਜ਼ੇ ਕਰਦਾ ਮਤਲਬ ਕਿ ਰਾਜ ਦੇ ਵਿੱਚ ਜਿਹੜਾ ਰਾਜ ਆ ਪੂੰਜੀਵਾਦੀ ਸਮਾਜ ਦੇ ਵਿੱਚ ਜਿਹੜੇ ਕਿ ਦਖਲ ਅੰਦਾਜ਼ੇ ਕਰਦਾ ਬਟ ਉਹ ਕਿਹਨਾਂ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਕਰਦਾ ਪੂੰਜੀਪਤੀਆਂ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਹੀ ਕਰਦਾ ਠੀਕ ਹੈ ਤੇ ਰਾਜਦਵਾਰ ਆਰਥਿਕ ਖੇਤਰ ਦੇ ਵਿੱਚ ਜਿਹੜੇ ਯੋਜਨਾਵਾਂ ਦਾ ਨਿਰਮਾਣ ਕੀਤਾ ਜਾਂਦਾ ਜਿਨ੍ਹਾਂ ਦੁਆਰਾ ਪੂੰਜੀਪਤੀ ਵਰਗ ਦੇ ਹਿੱਤਾਂ ਨੂੰ ਹੀ ਲਾਭ ਹੋਵੇ ਠੀਕ ਹੈ ਮਤਲਬ ਕਿ ਇਹੋ ਜਿਹੇ ਨੀਤੀਆਂ ਅਪਣਾਏ ਜਾਂਦੇ ਨੇ ਜਿਨ੍ਹਾਂ ਨਾਲ ਪੂੰਜੀਪਤੀਆਂ ਨੂੰ ਹੀ ਲਾਭ ਪਹੁੰਚੇ ਤੇ ਮਾਰਕਸ ਦਾ ਇਹ ਵਿਚਾਰ ਹੈ ਕਿ ਪੂੰਜੀਵਾਦੀ ਉਤਪਾਦਨ ਦੇ ਕਾਨੂੰਨੀ ਅੰਦਰੂਨੀ ਕਾਨੂੰਨਾ ਸਦਕਾ ਹੀ ਜਾਰੇਦਾਰੀ ਤੇ ਕੇਂਦਰੀਕਰਨ ਦੀ ਸਥਿਤੀ ਉਤਸ਼ਾਹਿਤ ਹੁੰਦੀ ਹੈ ਤੇ Karl Marx ਦਾ ਜਿਹੜਾ ਫਰੈਂਡ ਸੀ ਠੀਕ ਹੈ ਐਂਜਲਸ ਓਨਨ ਵੀ ਇਸ ਸੰਬੰਧੀ ਆਪਣੇ ਵਿਚਾਰ ਐਵੇਂ ਦੱਤੇ ਨੇ ਉਹਨਾਂ ਦੇ ਅਨੁਸਾਰ ਜਦੋਂ ਔਜ਼ਾਇਦਾਰੀ ਤੇ ਕੇਂਦਰੀਕਰਨ ਆਪਣੇ ਉੱਚੀਆਂ ਸਿਖਰਾਂ ਤੇ ਪਹੁੰਚ ਜਾਂਦੇ ਨੇ ਤਾਂ ਪੂੰਜੀਪਤੀ ਵਿਵਸਥਾ ਦੇ ਵਿੱਚ ਰਾਜ ਦੇ ਉਤਪਾਦਨ ਤੇ ਨਿਰਦੇਸ਼ਨ ਦੇ ਕੰਮਾਂ ਨੂੰ ਜਿਹੜੇ ਕੀ ਆਪ ਸੰਭਾਲਦਾ ਰਾਜ ਉਤਪਾਦਨ ਤੇ ਨਿਰਦੇਸ਼ਨ ਦੇ ਕੰਮਾਂ ਨੂੰ ਖੁਦ ਸੰਭਾਲਦਾ ਤੇ ਇਹਦੇ ਨਾਲ ਹੀ ਜਦਕਿ ਵੱਧ ਤੋਂ ਵੱਧ ਲਾਭ ਕੇ ਇਹਨਾਂ ਨੂੰ ਪਹੁੰਚਦਾ ਪੂੰਜੀਪਤੀ ਨੂੰ ਪਹੁੰਚਦਾ ਨੈਕਸਟ ਹੈ ਰਾਸ਼ਟਰੀ ਹਿੱਤਾਂ ਨੂੰ ਅੰਤਰਰਾਸ਼ਟਰੀ ਖੇਤਰ ਦੇ ਵਿੱਚ ਵਧਾਉਣਾ ਹਾਂਜੀ ਮਾਰਕਸਵਾਦ ਇਹ ਵਿਚਾਰ ਪੇਸ਼ ਕਰਦੇ ਨੇ ਕਿ ਦੂਜੇ ਦੇਸ਼ਾਂ ਦੇ ਨਾਲ ਸਬੰਧ ਕਾਇਮ ਕਰਦੇ ਸਮੇਂ ਵੀ ਪੂੰਜੀਪਤੀ ਰਾਜ ਪੂੰਜੀਵਾਦੀ ਰਾਜ ਇਸ ਗੱਲ ਦਾ ਧਿਆਨ ਰੱਖਦਾ ਹੈ ਕਿ ਪੂੰਜੀਪਤੀ ਵਰਗ ਦੇ ਹਿੱਤਾਂ ਨੂੰ ਹਿੱਤਾਂ ਨੂੰ ਦੂਜੇ ਦੇਸ਼ਾਂ ਵਿੱਚ ਕਿਵੇਂ ਫਲਾਇਆ ਜਾ ਜਾ ਵਿਧਾਇਆ ਜਾ ਸਕੇ ਪਾਵ ਕੀ Karl Marx ਕੀ ਕਹਿੰਦਾ ਕਿ ਪੂੰਜੀਵਾਦੀ ਸਮਾਜ ਦੇ ਵਿੱਚ ਰਾਜ ਜਿਹੜੇ ਦੂਜੇ ਦੇਸ਼ਾਂ ਦੇ ਨਾਲ ਜਦੋਂ ਆਪਣੇ ਜਿਹੜੇ ਕਿ ਸਬੰਧ ਕਾਇਮ ਰੱਖਦਾ ਦੂਜੇ ਦੇਸ਼ਾਂ ਨਾਲ ਆਰਥਿਕ ਤੌਰ ਤੇ ਜਿਹੜੇ ਕਿ ਨੀਤੀਆਂ ਅਪਣਾਉਂਦਾ ਤਾਂ ਵੀ ਸਿਰਫ ਇਹੀ ਦੇਖਿਆ ਜਾਂਦਾ ਕਿ ਵੱਧ ਤੋਂ ਵੱਧ ਪੂੰਜੀਪਤੀ ਦੇ ਵਰਗਾਂ ਦੇ ਹਿੱਤਾਂ ਨੂੰ ਹੀ ਮੁੱਖ ਰੱਖ ਕੇ ਰੱਖਿਆ ਜਾਂਦਾ ਤੇ ਉਹਨਾਂ ਦੇ ਹਿੱਤਾਂ ਨੂੰ ਹੀ ਵਿਧਾਇਆ ਜਾਂਦਾ ਉਹਨਾਂ ਦੇ ਹਿੱਤਾਂ ਨੂੰ ਹੀ ਜਿਹੜੇ ਕਿ ਫਲਾਇਆ ਜਾਂਦਾ ਤੇ ਮਾਰਕਸਵਾਦੀ ਵਿਚਾਰਤਾ ਦੇ ਅਨੁਸਾਰ ਪੂੰਜੀਵਾਦੀ ਰਾਜ ਆਪਣੇ ਮਾਲ ਦੀ ਖਪਤ ਤੇ ਵੱਧ ਲਾਭ ਲਈ ਦੂਜੇ ਦੇਸ਼ਾਂ ਦੀਆਂ ਮੰਡੀਆਂ ਤੇ ਆਪਣਾ ਨਿਯੰਤਰਣ ਕਰਨ ਦਾ ਯਤਨ ਕਰਦੇ ਨੇ ਠੀਕ ਹੈ ਮਾਰਕਸਵਾਦ ਕੀ ਕਹਿੰਦਾ ਕਿ ਜਿਹੜੇ ਪੂੰਜੀਵਾਦੀ ਰਾਜ ਨੇ ਉਹ ਆਪਣੇ ਮਾਲ ਦੀ ਵੱਧ ਤੋਂ ਵੱਧ ਵੀ ਉਹਨਾਂ ਦਾ ਵੇਚਿਆ ਜਾਵੇ ਉਹਨਾਂ ਦੇ ਲਈ ਜਿਹੜੇ ਕਿ ਖਪਤ ਹੋਵੇ ਉਹਨਾਂ ਦਾ ਲਾਭ ਹੋਵੇ ਉਹਦੇ ਲਈ ਜਿਹੜੇ ਕਿ ਉਹ ਦੂਜੇ ਦੇਸ਼ਾਂ ਦੀਆਂ ਮੰਡੀਆਂ ਤੇ ਆਪਣਾ ਕੰਟਰੋਲ ਕਰ ਦਿੰਦਾ ਯਤਨ ਕਰਦਾ ਤੇ ਇਹਦੇ ਨਾਲ ਸਮਾਜਵਾਦ ਨੂੰ ਉਤਸ਼ਾਹ ਮਿਲਦਾ ਤੇ ਲੈਲੀ ਨੇ ਆਪ ਵੀ ਕਿਹਾ ਕਿ ਸਮਾਜ ਸਾਮਰਾਜਵਾਦ ਪੂੰਜੀਵਾਦੀ ਦੀ ਆਖਰੀ ਅਵਸਥਾ ਮਤਲਬ ਕਿ ਆਖਰੀ ਅਵਸਥਾ ਕਿ ਇਹ ਪੂੰਜੀਵਾਦੀ ਸਾਮਰਾਜਵਾਦ ਭਾਵ ਕਿ ਦੂਜੇ ਨੂੰ ਆਪਣੇ ਅਧੀਨ ਕਰਨਾ ਠੀਕ ਹੈ ਉਹ ਹੋਗਾ ਸਾਮਰਾਜਵਾਦ ਸੋ ਇਹ ਸੀ ਹੁਣ ਆਪਾਂ ਨੇ ਪੂੰਜੀਵਾਦੀ ਸਮਾਜ ਦੇ ਵਿੱਚ ਪੂੰਜੀਵਾਦੀ ਰਾਜ ਵਿੱਚ ਰਾਜ ਦੇ ਕੰਮ ਪੂੰਜੀਵਾਦੀ ਸਮਾਜ ਦੇ ਵਿੱਚ ਰਾਜ ਦੇ ਕੰਮ ਹੁਣ ਆਪਾਂ ਦੇਖਾਂਗੇ ਸਮਾਜਵਾਦੀ ਸਮਾਜ ਦੇ ਵਿੱਚ ਰਾਜ ਦੇ ਕੀ ਕੰਮ ਨੇ ਸਮਾਜਵਾਦੀ ਰਾਜ ਕਿਵੇਂ ਮਤਲਬ ਕਿ Karl Marx ਦੀ ਧਾਰਨਾ ਅਨੁਸਾਰ ਵੀ ਜਦੋਂ ਪੂੰਜੀ ਪੂੰਜੀ ਪਤੀਆਂ ਦੇ ਵਿਰੁੱਧ ਜਿਹੜੇ ਕਿ ਕੀਰਤੀ ਆਪਣੇ ਹੜਤਾਲਾਂ ਕਰ ਦੇਣਗੇ ਤਾਂ ਕੀਰਤੀਆਂ ਜਿਹੜੇ ਕਿ ਆਪਣੇ ਅਧਿਕਾਰ ਲੈ ਲੈਣਗੇ ਤੇ ਪੂੰਜੀਪਤੀਆਂ ਦਾ ਨਾਸ਼ ਹੋ ਜਾਊਗਾ ਤਾਂ ਪੂੰਜੀਵਾਦੀ ਜਿਹੜੇ ਕਿ ਖਤਮ ਹੋ ਜਾਣਗੇ ਫਿਰ ਉੱਥੋਂ ਜਿਹੜੇ ਕਿ ਸਮਾਜਵਾਦ ਦਾ ਵਿਕਾਸ ਹੋ ਜਾਊਗਾ ਸਮਾਜਵਾਦ ਦਾ ਜਿਹੜੇ ਕਿ ਰਾਜ ਚੱਲ ਜੂਗਾ ਤਾਂ ਹੁਣ ਉਹਦੇ ਵਿੱਚ ਜਿਹੜੇ ਕਿ ਕੀ ਕੰਮ ਹੋਣਗੇ ਰਾਜ ਦੇ ਤਾਂ ਸਮਾਜਵਾਦੀ ਵਿਵਸਥਾ ਦੀ ਸੁਰੱਖਿਆ ਹਾਂਜੀ ਜਦੋਂ ਕੀਰਤੀ ਵਰਗ ਕ੍ਰਾਂਤੀ ਦੁਆਰਾ ਆਪਣੇ ਪੂੰਜੀਪਤੀ ਜਿਹੜੇ ਪੂੰਜੀਵਾਦੀ ਰਾਜ ਆ ਉਹਨੂੰ ਖਤਮ ਕਰ ਦੇਣਗੇ ਤਾਂ ਸਮਾਜਵਾਦੀ ਰਾਜ ਦੀ ਸਥਾਪਨਾ ਹੋਊਗੀ ਤਾਂ ਇਹਦੇ ਲਈ ਰਾਜ ਕ੍ਰਾਂਤੀਮਗਰ ਉਹ ਕਾਇਮ ਕੀਤੀ ਗਈ ਜਿਹੜੀ ਸਮਾਜਵਾਦੀ ਵਿਵਸਥਾ ਉਹਨੂੰ ਕਾਇਮ ਰੱਖਣਾ ਤੇ ਉਹਨੂੰ ਦ੍ਰਿੜ ਬਣਾਉਣ ਲਈ ਕਾਰਜ ਕਰੇਗਾ ਠੀਕ ਹੈ ਇਹ ਕਹਿੰਦਾ Karl Marx ਤੇ ਕ੍ਰਾਂਤੀਮਗਰ ਉਹ ਜਿਹੜੀ ਕਾਇਮ ਹੋਈ ਸਮਾਜਵਾਦੀ ਵਿਵਸਥਾ ਉਹਨੂੰ ਅੰਦਰੂਨੀ ਤੇ ਪੂੰਜੀਪਤੀਆਂ ਅਤੇ ਬਾਹਰੀ ਤੌਰ ਤੇ ਪੂੰਜੀਵਾਦੀ ਦੇਸ਼ਾਂ ਤੋਂ ਖਾਤਰੇ ਦਾ ਸਾਹਮਣਾ ਕਰਨਾ ਪਊਗਾ ਤੇ ਇਹਦੇ ਲਈ ਉਹ ਰਾਜ ਸਮਾਜਵਾਦੀ ਵਿਵਸਥਾ ਦੇ ਅੰਦਰੂਨੀ ਵੈਰੀਆਂ ਤੇ ਪੂੰਜੀਪਤੀਆਂ ਤੇ ਕਠੋਰੀ ਵਿਰੋਧੀ ਤੱਤਾਂ ਦਾ ਬੇਰਹਿਮੀ ਨਾਲ ਨਾਸ਼ ਕਰਦੇ ਵੀ ਠੀਕ ਹੈ ਨਾਸ਼ ਕਰ ਦੇਵੇਗਾ ਫੇਰ ਉਹਨੂੰ ਕੋਈ ਨੁਕਸਾਨ ਨਹੀਂ ਹੋਊਗਾ ਤੇ ਇਸ ਉਦੇਸ਼ ਦੀ ਪੂਰਤੀ ਲਈ ਕਠੋਰ ਤੋਂ ਕਠੋਰ ਕਾਨੂੰਨਾਂ ਦਾ ਨਿਰਮਾਣ ਕੀਤਾ ਜਾਵੇਗਾ ਤੇ ਪੁਲਿਸ ਤੇ ਨਿਆਇਕ ਵਿਭਾਗ ਦੀ ਸਥਾਪਨਾ ਕੀਤੀ ਜਾਊਗੀ ਬਾਹਰੀ ਖਤਰਿਆਂ ਤੋਂ ਭਾਪ ਪੂੰਜੀਵਾਦੀ ਦੇਸ਼ਾਂ ਦੇ ਹਮਲੇ ਤੋਂ ਬਚਣ ਲਈ ਸ਼ਕਤੀਸ਼ਾਲੀ ਸੈਨਾ ਦਾ ਸੰਗਠਨ ਕੀਤਾ ਜਾਊਗਾ ਇਸ ਤਰ੍ਹਾਂ ਰਾਜ ਕ੍ਰਾਂਤੀਮਗਰੋਖਾਈ ਸਮਾਜਿਕ ਅਵਸਥਾ ਦੀ ਰੱਖਿਆ ਲਈ ਹਰ ਯਤਨ ਕਰੇਗਾ ਠੀਕ ਹੈ ਇਹ ਕੰਮ ਹੋ ਗਿਆ ਦੂਜਾ ਸਮਾਜਵਾਦੀ ਰਾਜ ਦੇ ਵਿੱਚ ਕਾਰਜ ਦਾ ਕੰਮ ਕੀ ਹੋਊਗਾ ਅਨੁਸ਼ਾਸਨ ਕਾਇਮ ਰੱਖਣਾ ਹਾਂਜੀ ਸਮਾਜਵਾਦੀ ਅਵਸਥਾ ਦੇ ਵਿਕਾਸ ਤੇ ਇਹਨੂੰ ਦਿ੍ਰਿੜਤਾ ਪ੍ਰਦਾਨ ਕਰਨ ਦੇ ਲਈ ਅਨੁਸ਼ਾਸਨ ਬਹੁਤ ਜ਼ਰੂਰੀ ਹੋਊਗਾ Karl Marx ਦੇ ਅਨੁਸਾਰ ਵੀ ਪੂੰਜੀਵਾਦੀ ਰਾਜ ਦੇ ਵਿੱਚ ਰਾਜ ਕਾਰਜ ਕਰੂਗਾ ਅਨੁਸ਼ਾਸਨ ਬਣਾ ਕੇ ਰੱਖਣ ਦਾ ਠੀਕ ਹੈ ਰਾਜ ਨਵੀਂ ਸਮਾਜਿਕ ਅਵਸਥਾ ਦੇ ਲੱਗ-ਲੱਗ ਖੇਤਰਾਂ ਵਿੱਚ ਸਮਾਜਵਾਦੀ ਅਨੁਸ਼ਾਸਨ ਕਾਇਮ ਕਰਨ ਲਈ ਹਰ ਯਤਨ ਕਰੂਗਾ ਤੇ ਰਾਜ ਇਸ ਗੱਲ ਨੂੰ ਵੀ ਯਕੀਨੀ ਬਣਾਊਗਾ ਕਿ ਖੇਤੀ ਫਾਰਮਾਂ ਕਾਰਖਾਨਿਆਂ ਖਾਨਾਂ ਦਫ਼ਤਰਾਂ ਪੁਲਿਸ ਸੈਨਾ ਹੋਰ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਪੂਰੀ ਮਿਹਨਤ ਲਗਨ ਤੇ ਅਨੁਸ਼ਾਸਨ ਦੇ ਨਾਲ ਕੰਮ ਕੀਤਾ ਜਾਵੇ ਤੇ ਇਹ ਸਾਰੇ ਜਣੇ ਪੂਰੀ ਲਗਨ ਮਿਹਨਤ ਨਾਲ ਕੰਮ ਕਰਨ। ਤੇ ਰਾਜ ਇਸ ਗੱਲ ਨੂੰ ਵੀ ਯਕੀਨੀ ਬਣਾਵੇਗਾ ਕਿ ਲੋਕ ਜਨਤਕ ਸੰਪਤੀ ਦੀ ਕਿਸੇ ਤਰੀਕੇ ਨਾਲ ਹਾਨੀ ਨਹੀਂ ਪਹੁੰਚਾਉਣਗੇ ਉਹਨੂੰ ਤੇ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਕਿਸੇ ਕਿਸਮ ਦੇ ਸਵਾਰਥੀ ਸਾਧਨ ਅਪਣਾਉਣ ਲਈ ਯਤਨ ਨਹੀਂ ਕਰਨਗੇ। ਭਾਵ ਕਿ ਨਾ ਤਾਂ ਜਨਤਕ ਜਿਹੜੀ ਸੰਪਤੀ ਉਹਨੂੰ ਕਿਸੇ ਤਰੀਕੇ ਦੀ ਹਾਨੀ ਪਹੁੰਚਾਉਣਗੇ ਤੇ ਨਾ ਹੀ ਆਪਣੇ ਨਿੱਜੀ ਸਵਾਰਥਾਂ ਦੇ ਲਈ ਕਿਸੇ ਕਿਸਮ ਦੇ ਸਵਾਰਥੀ ਸਾਧਨ ਅਪਣਾਉਣਗੇ। ਠੀਕ ਹੈ ਤੇ ਜੇ ਵਿਅਕਤੀ ਸਮਾਜਵਾਦੀ ਅਨੁਸ਼ਾਸਨ ਭੰਗ ਕਰੂਗਾ ਤਾਂ ਉਹਨੂੰ ਸਖਤ ਤੋਂ ਸਖਤ ਸਜ਼ਾ ਦੇਣ ਦਊਗਾ ਇਹ ਵੀ ਰਾਜ ਦਾ ਕਾਰਜ ਹੈ ਹਾਂਜੀ ਨੈਕਸਟ ਹੈ ਯੋਜਨਾਵਦੀ ਯੋਜਨਾਵੰਦੀ ਦੇ ਆਧਾਰ ਤੇ ਦੇਸ਼ ਦਾ ਵਿਕਾਸ ਹਾਂਜੀ Karl Marx ਦੇ ਅਨੁਸਾਰ ਸਮਾਜਵਾਦੀ ਸਮਾਜਵਾਦੀ ਸਮਾਜ ਦੇ ਵਿੱਚ ਰਾਜ ਦਾ ਕਾਰਜ ਕੀ ਹੋਊਗਾ ਇੱਕ ਯੋਜਨਾਵਦ ਦੇ ਆਧਾਰ ਤੇ ਜਿਹੜੇ ਕਿ ਦੇਸ਼ ਦਾ ਵਿਕਾਸ ਕਰਨਾ ਇੱਕ ਪਲੈਨਿੰਗ ਦੇ ਅਕੋਰਡਿੰਗ ਵਿਕਾਸ ਕਰਨਾ ਸਮਾਜਵਾਦੀ ਸਮਾਜ ਦੇ ਵਿੱਚ ਰਾਜ ਤੇਛ ਦਾ ਇੱਕ ਯੋਜਨਾਵਦੀ ਆਧਾਰ ਤੇ ਆਰਥਿਕ ਸਮਾਜਿਕ ਵਿਗਿਆਨਿਕ ਜਿਹੜੇ ਕਿ ਵਿਕਾਸ ਕੀਤਾ ਜਾਊਗਾ ਤੇ ਉਤਪਾਦਨ ਦੇ ਸਾਰੇ ਸਾਧਨ ਸਮਾਜ ਦੇ ਹੱਥਾਂ ਦੇ ਵਿੱਚ ਆਉਣਗੇ ਭਾਵ ਕਿ ਉਹਨਾਂ ਤੇ ਪੂੰਜੀਪਤੀਆਂ ਦਾ ਅਧਿਕਾਰ ਨਹੀਂ ਹੋਊਗਾ ਬਲਕਿ ਸਮਾਜ ਦਾ ਅਧਿਕਾਰ ਹੋਊਗਾ ਤੇ ਰਾਜ ਯੋਜਨਾਵੰਦੀ ਅਨੁਸਾਰ ਇਹਨਾਂ ਸਾਧਨਾਂ ਦੀ ਵਰਤੋਂ ਐਵੇਂ ਕਰੂਗਾ ਕਿ ਵੱਧ ਤੋਂ ਵੱਧ ਉਤਪਾਦਨ ਹੋਵੇ ਤੇ ਸਾਰੇ ਨਾਗਰਿਕਾਂ ਦੀਆਂ ਜਿਹੜੀਆਂ ਕਿ ਜ਼ਰੂਰਤਾਂ ਮੌਲਿਕ ਜਿਹੜੀਆਂ ਜ਼ਰੂਰਤਾਂ ਨੇ ਬੇਸਿਕ ਨੀਡਸ ਨੇ ਜਿਹੜੇ ਉਹ ਕੰਪਲੀਟ ਹੋਣ ਤੇ ਇਹਦੇ ਨਾਲ ਹੀ ਲੋਕਾਂ ਦੇ ਮੌਲਿਕ ਤੇ ਸੱਭਿਆਚਾਰਕ ਜੀਵਨ ਨੂੰ ਉੱਚਾ ਚੁੱਕਣ ਦੇ ਲਈ ਵੀ ਰਾਜ ਯਤਨ ਕਰੂਗਾ। ਅਗੇ 4ਥ ਪੁਆਇੰਟ ਹੈ ਆਰਥਿਕ ਸੁਰੱਖਿਆ ਸੰਬੰਧੀ ਕੰਮ। ਹਾਂਜੀ ਸਮਾਜਵਾਦੀ ਸਮਾਜ ਦੇ ਵਿੱਚ ਰਾਜ ਆਪਣੇ ਲੋਕਾਂ ਨੂੰ ਆਰਥਿਕ ਸੁਰੱਖਿਆ ਪ੍ਰਦਾਨ ਕਰੂਗਾ। ਇਕਨੋਮਿਕਲ ਸਿਕਿਉਰਿਟੀ ਪ੍ਰਦਾਨ ਕਰੂਗਾ ਰਾਜ ਸਾਰੇ ਨਾਗਰਿਕਾਂ ਨੂੰ ਉਹਨਾਂ ਦੀ ਯੋਗਤਾ ਸਮਰੱਥਾ ਦੇ ਅਨੁਸਾਰ ਕੰਮ ਦਊਗਾ ਕੰਮ ਬਦਲੇ ਉਹਨਾਂ ਨੂੰ ਫਿਰ ਪੂਰਾ ਜਿਹੜਾ ਕਿ ਉਹਨਾਂ ਦੀ ਮਿਹਨਤ ਬਣਦੀ ਹੈ ਉਹਨਾਂ ਦੇ ਅਕੋਰਡਿੰਗ ਉਹਨਾਂ ਦੀ ਪੇ ਦੋਗਾ ਉਹਨਾਂ ਨੂੰ ਵੇਤਨ ਦਊਗਾ ਠੀਕ ਹੈ ਦਿੱਤਾ ਜਾਊਗਾ ਤੇ ਉਹਨਾਂ ਦੀ ਜਿਹੜੇ ਮੌਲਿਕ ਲੋੜਾਂ ਨੇ ਉਹ ਪੂਰੀਆਂ ਹੋ ਸਕਣ ਤਾਂਕਿ ਵੇਤਨ ਦੇ ਨਾਲ ਤੇ ਹਰੇਕ ਨਾਗਰਿਕ ਲਈ ਕੰਮ ਕਰਨਾ ਜ਼ਰੂਰੀ ਹੋਊਗਾ ਸਮਾਜਵਾਦੀ ਸਮਰਾਜ ਦੇ ਵਿੱਚ ਕੋਈ ਵੀ ਵਿਅਕਤੀ ਬੇਰੁਜ਼ਗਾਰ ਜਾਂ ਭੁੱਖਾ ਨਹੀਂ ਰਹੂਗਾ ਤੇ ਜੇ ਕੋਈ ਵਿਅਕਤੀ ਬੇਰੁਜ਼ਗਾਰ ਰਹਿੰਦਾ ਤਾਂ ਰਾਜ ਵੱਲੋਂ ਉਸ ਨੂੰ ਫਿਰ ਆਰਥਿਕ ਮਦਦ ਦਿੱਤੀ ਜਾ ਅ ਫੋਰਥ ਪੁਆਇੰਟ ਅੱਗੇ ਹੈ ਫਿਫਥ ਕੀਰਤਿਆਂ ਦੇ ਹਿੱਤਾਂ ਵੱਲ ਵਿਸ਼ੇਸ਼ ਧਿਆਨ ਹਾਂਜੀ Karl Marx ਦੇ ਅਨੁਸਾਰ ਸਮਾਜਵਾਦੀ ਰਾਜ ਦੇ ਵਿੱਚ ਰਾਜ ਆ ਜਿਹੜਾ ਕਿ ਕੀਰਤਿਆਂ ਦੇ ਹਿੱਤਾਂ ਵੱਲ ਵਿਸ਼ੇਸ਼ ਧਿਆਨ ਦੇਊਗਾ ਠੀਕ ਹੈ ਕੀਰਤਿਆਂ ਦੇ ਹਿੱਤਾਂ ਲਈ ਰੱਖਿਆ ਲਈ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਤੇ ਕਿਸੇ ਵੀ ਰੂਪ ਦੇ ਵਿੱਚ ਕੀਰਤਿਆਂ ਦਾ ਸ਼ੋਸ਼ਣ ਨਹੀਂ ਕੀਤਾ ਜਾਊਗਾ ਠੀਕ ਹੈ ਸਮਾਜਵਾਦੀ ਸਮਾਜ ਦੇ ਵਿੱਚ ਰਾਜ ਕੀਰਤਿਆਂ ਦੇ ਕੰਮਾਂ ਦੇ ਘੰਟੇ ਨਿਸ਼ਚਿਤ ਕਰੂਗੀ ਵੀ ਕਿੰਨੇ ਘੰਟੇ ਕੰਮ ਕਰਨਾ ਉਹਨਾਂ ਨੇ ਉਹਨਾਂ ਦੇ ਘੰਟੇ ਅਕੋਰਡਿੰਗ ਹੀ ਉਹਨਾਂ ਨੂੰ ਜਿਹੜੀ ਕਿ ਪੇ ਮਿਲੂਗੀ ਤੇ ਕੰਮ ਕਰਨ ਲਈ ਉਚਿਤ ਵਾਤਾਵਰਣ ਵੀ ਤੈਅ ਕੀਤਾ ਜਾਊਗਾ ਮਤਲਬ ਕਿ ਵਧੀਆ ਜਿਹੜੇ ਕਿ ਐਟਮੋਸਫੇਅਰ ਹੋਵੇ ਉੱਥੇ ਜਿੱਥੇ ਕੀਰਤੀ ਜਿਹੜੇ ਕਿ ਕੰਮ ਕਰਨਗੇ ਉਹ ਵਧੀਆ ਤੇ ਕੰਮ ਦੇ ਨਾਲ ਨਾਲ ਕੀਰਤੀਆਂ ਨੂੰ ਆਰਾਮ ਦਾ ਅਧਿਕਾਰ ਵੀ ਹੋਊਗਾ ਸਮਾਜਵਾਦੀ ਸਮਾਜ ਦੇ ਵਿੱਚ ਤੇ ਬਿਮਾਰੀ ਦੇ ਹਾਲਤ ਦੇ ਵਿੱਚ ਕੀਰਤੀਆਂ ਨੂੰ ਤਨਖਾਹ ਸਮੇਤ ਛੁੱਟੀ ਵੀ ਮਤਲਬ ਕਿ ਜੇ ਉਹਨਾਂ ਨੂੰ ਛੁੱਟੀ ਦਿੱਤੀ ਜਾਊਗੀ ਜੇ ਬਿਮਾਰ ਹੋਣਗੇ ਤਾਂ ਉਹਨਾਂ ਦੀ ਪੇ ਨਹੀਂ ਕਟੂਗੀ ਠੀਕ ਤੇ ਮੁਫਤ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਦਾ ਅਧਿਕਾਰ ਵੀ ਹੋਊਗਾ ਸਮਾਜਵਾਦੀ ਸਮਾਜ ਦੇ ਵਿੱਚ ਰਾਜ ਦਾ ਕਾਰਜ ਬੜਾਪੇ ਅੰਗਹੀਨ ਦੀ ਹਾਲਤ ਦੇ ਵਿੱਚ ਰਾਜ ਵੱਲੋਂ ਜਿਹੜੇ ਕਿ ਆਰਥਿਕ ਸਹਾਇਤਾ ਵੀ ਦਿੱਤੀਆਂ ਜਾਣਗੀਆਂ ਅੱਗੇ ਹੈ ਸਿੱਖਿਆ ਤੇ ਸਿਹਤ ਸੰਭਾਲ ਦੇ ਕੰਮ ਹਾਂਜੀ ਸਮਾਜਵਾਦੀ ਸਮਾਜ ਦੇ ਵਿੱਚ ਰਾਜ ਦੁਆਰਾ ਆਪਣੇ ਨਾਗਰਿਕਾਂ ਲਈ ਦੀ ਸਿੱਖਿਆ ਤੇ ਸਿਹਤ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਊਗਾ ਕਿਉਂਕਿ ਪੜ੍ਹੇ ਲਿਖੇ ਤੇ arogh ਨਾਗਰਿਕ ਹੀ ਦੇਸ਼ ਦੀ ਉન્નਤੀ ਦੇ ਵਿੱਚ ਹਿੱਸਾ ਪਾ ਸਕਦੇ ਨੇ ਜਿਸ ਕਰਕੇ ਸਮਾਜਵਾਦੀ ਰਾਜ ਦੇ ਵਿੱਚ ਇੱਕ ਨਿਸ਼ਚਿਤ ਉਮਰ ਤੱਕ ਸਾਰਿਆਂ ਲਈ ਮੁਫਤ ਤੇ ਲਾਜ਼ਮੀ ਸਿੱਖਿਆ ਦਾ ਪ੍ਰਬੰਧ ਕੀਤਾ ਜਾਵੇਗਾ ਉਜੋਗਿਕ ਕਰਨ ਦੀ ਗਤੀ ਦੇ ਵਿੱਚ ਤੇਜ਼ੀ ਲਾਉਣ ਲਈ ਤਕਨੀਕੀ ਤੇ ਵਿਗਿਆਨਿਕ ਸਿੱਖਿਆ ਤੇ ਜ਼ੋਰ ਦਿੱਤਾ ਜਾਂਦਾ ਤੇ ਰਾਜ ਸਿੱਖਿਆ ਪ੍ਰਣਾਲੀ ਤੇ ਆਪਣਾ ਪੂਰਾ ਨਿਯੰਤਰਣ ਰੱਖਦਾ ਤਾਂ ਜੋ ਵੱਧ ਤੋਂ ਵੱਧ ਜਿਹੜੇ ਕਿ ਬੁੱਧੀਜੀਵੀ ਪੈਦਾ ਹੋ ਸਕਣ ਮਤਲਬ ਕਿ ਵੱਧ ਤੋਂ ਵੱਧ ਜਿਹੜੇ ਕਿ ਲੋਕ ਪੜ੍ਹ ਲਿਖ ਸਕਣ ਤੇ ਸਮਾਜਵਾਦੀ ਰਾਜ ਆਪਣੇ ਨਾਗਰਿਕਾਂ ਦੀ ਸਿਹਤ ਲਈ ਵੱਧ ਤੋਂ ਵੱਧ ਹਸਪਤਾਲਾਂ ਨਿਰਮਾਣ ਕਰਦਾ ਤੇ ਰੋਗੀਆਂ ਨੂੰ ਮੁਫਤ ਡਾਕਟਰੀ ਸਹਾਇਤਾ ਤੇ ਇਲਾਜ ਦੀਆਂ ਸਹੂਲਤਾਂ ਮਹਿੰਜਾ ਕਰਵਾਈਆਂ ਜਾਂਦੀਆਂ ਨੇ ਹਾਂਜੀ ਆਈ ਰਿਪੀਟ ਅਗੇਨ ਮੈਂ ਦੁਬਾਰਾ ਰਿਪੀਟ ਕਰ ਰਹੀ ਹਾਂ ਵੀ ਪਹਿਲਾਂ ਵੀ ਮੈਂ ਤੁਹਾਨੂੰ ਹਰ ਵੀਡੀਓ 'ਚ ਦੱਸ ਰਹੀ ਹਾਂ ਇਹਦੇ 'ਚ ਵੀ ਦੱਸਿਆ ਸਟਾਰਟਿੰਗ 'ਚ ਕਿ ਤੁਹਾਨੂੰ ਲੌਂਗ ਕੁਐਸਚਨ ਦੇ ਵਿੱਚ ਸਭ ਤੋਂ ਪਹਿਲਾਂ ਹੈਡਿੰਗ ਯਾਦ ਹੋਣੀ ਚਾਹੀਦੇ ਨੇ ਹੈਡਿੰਗਸ ਤੁਹਾਡੇ ਪੱਕਾ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ ਵਿੱਚੋਂ ਮਟੀਰੀਅਲ ਤੁਸੀਂ ਜਿਹੜੇ ਕਿ ਆਪਣੇ ਵਰਡਿੰਗ 'ਚ ਵੀ ਲਿਖ ਸਕਦੇ ਹੋ ਜਿਵੇਂ ਸਪੋ ਚ ਤੁਹਾਡੇ ਟੌਪਿਕ ਦੇ ਵਿੱਚ 15 ਹੈਡਿੰਗ ਨੇ ਘੱਟੋ ਘੱਟ ਤੁਹਾਨੂੰ 12 13 ਹੈਡਿੰਗ ਜ਼ਰੂਰ ਯਾਦ ਹੋਣ ਜੇ 12 13 ਨਹੀਂ 10 ਤਾਂ ਪੱਕਾ ਯਾਦ ਹੋ ਜਾਣ ਠੀਕ ਹੈ ਮਤਲਬ ਕਿ ਇਸ ਹੱਬ ਨਾਲ ਤੁਸੀਂ ਹੈਡਿੰਗਸ ਵੱਧ ਤੋਂ ਵੱਧ ਯਾ ਹਾਂਜੀ ਸਮਾਜਿਕ ਸਮਾਨਤਾ ਦੀ ਸਥਾਪਨਾ ਕਰਨਾ ਸਮਾਜਵਾਦੀ ਰਾਜ ਆਪਣੇ ਨਾਗਰਿਕਾਂ ਦੇ ਵਿੱਚ ਸਮਾਜਿਕ ਸਮਾਨਤਾ ਦੀ ਸਥਾਪਨਾ ਲਈ ਹਰ ਯਤਨ ਕਰੂਗਾ ਤੇ ਇਸ ਉਦੇਸ਼ ਦੀ ਪੂਰਤੀ ਲਈ ਸਾਰਿਆਂ ਨੂੰ ਵਿਕਾਸ ਦੇ ਸਮਾਨ ਮੌਕੇ ਦਿੱਤੇ ਜਾਣਗੇ ਤਾਂ ਕਿ ਸਾਰੇ ਜਿਹੜੇ ਕਿ ਇੱਕਸਾਰ ਜਿਹੜੇ ਕਿ ਆਪਣਾ ਸਮਾਜਿਕ ਸਮਾਨਤਾ ਆ ਸਕੇ ਤੇ ਸਮਾਜਵਾਦੀ ਰਾਜ ਸਭ ਤਰ੍ਹਾਂ ਦੇ ਵਿਸ਼ੇਸ਼ ਅਧਿਕਾਰਾਂ ਦੇ ਭੇਦਭਾਵ ਦਾ ਖਾਤਮਾ ਕਰ ਦਿੰਦਾ ਤੇ ਕਿਰਤੀਆਂ ਨੂੰ ਪੂਰੀ ਮਾਨਤਾ ਤੇ ਮਹੱਤਤਾ ਪ੍ਰਦਾਨ ਕੀਤੀ ਜਾਂਦੀ ਹੈ ਤੇ ਰਾਜ ਸਮਾਜ ਦੇ ਵਿੱਚ ਅਸਮਾਨਤਾਵਾਂ ਪੈਦਾ ਕਰਨ ਵਾਲੀਆਂ ਜਿਹੜੇ ਕਿ ਜਾਤੀਆਂ ਧਰਮਾਂ ਵਰਗਾਂ ਭਾਸ਼ਾਵਾਂ ਤੇ ਖੇਤਰੀ ਭਿੰਨਤਾਵਾਂ ਦਾ ਅੰਤ ਕਰ ਦਿੰਦਾ ਨੰਬਰ 8 ਹੈ ਅੰਤਰਰਾਸ਼ਟਰੀ ਖੇਤਰ ਦੇ ਵਿੱਚ ਕੰਮ ਹਾਂਜੀ ਮਾਰਕਸਵਾਦੀ ਸਮਾਜਵਾਦ ਨੂੰ ਇੱਕ ਅੰਤਰਰਾਸ਼ਟਰੀ ਨਿਸ਼ਾਨਾ ਮੰਨਦੇ ਨੇ ਠੀਕ ਹੈ ਉਹਨਾਂ ਦਾ ਵਿਚਾਰ ਹੈ ਕਿ ਸੰਸਾਰ ਦੇ ਸਾਰੇ ਦੇਸ਼ਾਂ ਵਿੱਚ ਸਾਮਵਾਦੀ ਪ੍ਰਸਾਰ ਹੋਣਾ ਚਾਹੀਦਾ ਹੈ ਇਸੇ ਉਦੇਸ਼ ਦੀ ਪੂਰਤੀ ਲਈ Karl Marx ਨੇ ਨਾਰਾ ਲਾਇਆ ਸੀ ਕਿ ਦੁਨੀਆ ਭਰ ਦੇ ਮਜ਼ਦੂਰੋ ਇੱਕ ਹੋ ਜਾਓ ਤੇ ਸਾਬਕਾ ਸੋਵੀਅਤ ਸੰਘ ਸਭ ਤੋਂ ਪਹਿਲਾ ਸਮਾਜਵਾਦੀ ਰਾਜ ਦੇ ਰੂਪ ਦੇ ਵਿੱਚ ਹੋਂ ਦੇ ਵਿੱਚ ਆਇਆ ਇਸ ਦੇਸ਼ ਦੇ ਵਿੱਚ ਕਿਰਤੀਆਂ ਦੇ ਕਾਮਿਆਂ ਦੀ 1917 ਦੇ ਵਿੱਚ ਇੱਕ ਕ੍ਰਾਂਤੀ ਹੋਈ ਠੀਕ ਹੈ ਕ੍ਰਾਂਤੀ ਕ੍ਰਾਂਤੀ ਦੁਆਰਾ 1917 ਦੇ ਵਿੱਚ ਸਮਾਜਵਾਦੀ ਨੀਂ ਰੱਖੀ ਗਈ ਤੇ ਇਹ ਇਸ ਇਸ ਨੇ ਚੀਨ ਤੇ ਹੋਰ ਦੂਜੇ ਦੇਸ਼ਾਂ ਨੂੰ ਵੀ ਜਿੱਥੇ ਕਿਰਤੀ ਵਰਗ ਪੂੰਜੀਵਤਿਆਂ ਦੁਆਰਾ ਵਿਰੁੱਧ ਜਿਹੜੇ ਕੀ ਸੰਘਰਸ਼ ਕਰ ਰਿਹਾ ਸੀ ਪੂਰੀ ਸਹਾਇਤਾ ਪ੍ਰਦਾਨ ਕੀਤੀ ਤੇ ਸੋਵੀਅਤ ਸੰਘ ਦੇ ਸਹਿਯੋਗ ਤੇ ਸਹਾਇਤਾ ਸਦਕਾ ਚੀਨ ਪੋਲੈਂਡ ਪੂਰਬੀ ਜਰਮਨੀ ਚੈਕੋਸਲੋਵਾਕੀ ਆ ਹੰਗਰੀ ਰੂਮਾਨੀਆ ਬਲਗਾਰੀਆ ਵਿਅੰਤਨਾਮ ਅਤੇ ਉੱਤਰੀ ਕੋਰੀਆ ਇਹਨਾਂ ਦੇ ਵਿੱਚ ਸਮਾਜਵਾਦੀ ਦੇਸ਼ਾਂ ਦੇ ਰੂਪ ਦੇ ਵਿੱਚ ਇਹ ਹੋਣ ਦੇ ਵਿੱਚ ਆਏ ਨੇ ਸੋ ਐਂਡ ਦੇ ਵਿੱਚ ਤੁਸੀਂ ਫਿਰ ਸਿੱਟਾ ਕੱਢਣਾ ਇਹ ਸੀ ਆਪਣਾ ਕੁਐਸਚਨ ਜਿਹੜਾ ਕਿ ਸਮਾਜਵਾਦ ਦੇ ਅਨੁਸਾਰ ਹੈ ਜਿਹੜੇ ਕਿ ਰਾਜ ਦੇ ਕਾਰਜ ਜਿਹਨਾਂ ਨੂੰ ਆਪਾਂ ਦੋ ਹਿੱਸਿਆਂ ਵਿੱਚ ਵੰਡਿਆ ਕਿ ਪੂੰਜੀਪੱਤੀ ਪੂੰਜੀਵਾਦੀ ਸਮਾਜ ਦੇ ਵਿੱਚ ਰਾਜ ਦੇ ਕੀ ਕਾਰਜ ਹੋਣਗੇ ਤੇ ਸਮਾਜਵਾਦੀ ਰਾਜ ਦੇ ਵਿੱਚ ਰਾਜ ਦੇ ਕੀ ਕਾਰਜ ਹੋਣਗੇ ਥੈਂਕਸ